ਸਭਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਰਾਜੂ ਜੀ ਹਨ। ਪ੍ਰਧਾਨ ਜੀ, ਜੋ ਅੱਜ ਮੋਦੀ ਵੱਲੋਂ ਫੈਸਲਾ ਕੀਤਾ ਗਿਆ, ਤੁਹਾਡਾ ਕੀ ਵਿਚਾਰ ਉਸ ਸੰਬੰਧੀ? ਦੇਖੋ ਜੀ, ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਾਡੇ ਕਿਸਾਨ ਵੀਰ ਆ, ਜਿੰਨੇ ਵੀ ਸਾਡੇ ਦੁਕਾਨਦਾਰ ਆੜਤੀਆ ਵੀਰ, ਜਿੰਨੇ ਵੀ ਤਿਲ ਫੁੱਲ ਵੀ ਇਹ ਅੰਦੋਲਨ ਵਿੱਚ ਪਾਇਆ, ਸਾਰਿਆਂ ਨੂੰ ਪਹਿਲਾਂ ਤੇ ਬਹੁਤ ਬਹੁਤ ਵਧਾਈ ਆ ਅੱਜ ਗੁਰੂ ਨਾਨਕ ਦੇਵ ਦੇ ਗੁਰਪੁਰਬ ਦੀ, ਤੇ ਨਾਲ ਹੀ ਲੱਗਦੀ ਜਿਹੜੀ ਅੱਜ ਮੋਦੀ ਸਰਕਾਰ ਨੇ ਸਿਰੇ ਸਿਰੇ ਐਲਾਨ ਕੀਤਾ ਵੀ ਇਹ ਤਿੰਨੇ ਕਾਨੂੰਨ ਜਿਹੜੇ ਆ ਵਾਪਸ ਕੀਤੇ ਜਾਣਗੇ, ਤੇ ਇਹਨਾਂ ਨੂੰ ਜਿੰਨਾ ਚਿਰ ਪਾਰਲੀਮੈਂਟ ਵਿੱਚ ਬਿਲਕੁਲ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਵਾਪਸ ਨਹੀਂ ਹੁੰਦੇ, ਉਹਨਾਂ ਚਿਰ ਅੰਦੋਲਨ ਸਾਡਾ ਇੱਦਾਂ ਚੱਲੂਗਾ। ਆਪਣੇ ਸਾਥੀਆਂ ਨੂੰ ਵਧਾਈ ਦਿੰਦੇ ਵੀ ਤੁਹਾਡੀ ਜਿੱਤ ਅੱਗੇ ਅੱਜ ਪੂਰੇ ਲਗਭਗ ਸਵਾ ਸਾਲ ਬਾਅਦ ਮੋਦੀ ਦੇ ਮੂੰਹੋਂ ਜ਼ਬਾਨ ਚੋਂ ਨਿਕਲਿਆ ਤੇ ਮਾਫ਼ੀ ਵੀ ਮੰਗੀ ਆ ਤੇ ਕਿਸਾਨ ਸੜਕਾਂ ਤੇ ਰੋਲਣ ਡਏ ਆ, ਤੇ ਮੈਂ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਚੱਲ ਜਾਓ ਘਰਾਂ ਨੂੰ ਜਾਓ, ਪਰ ਇਹ ਨੋਟੀਫਿਕੇਸ਼ਨ ਜਾਰੀ ਕਰਾ ਕੇ ਆਵਾਂਗੇ। MSP ਤੇ ਅਜੇ ਸਾਡੀ ਮੰਗ ਜਿਹੜੀ ਉਹ ਰਹਿੰਦੀ ਆ, ਉਹ ਸਾਡੀਆਂ ਛੋਟੀ ਛੋਟੀਆਂ ਮੰਗਾਂ ਅੰਦੋਲਨ ਦੇ ਵਿੱਚ ਜਿਹੜੀਆਂ ਸਾਡੀਆਂ 8 ਮੰਗਾਂ ਸੀ, ਉਹ ਅਜੇ ਬਾਕੀ, ਉਹ ਸਾਰੀਆਂ ਨੂੰ ਆਪਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਣੀ ਆ, 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਆ, ਸਾਰਾ ਕੁਝ ਵਾਪਸ ਕਰਾ ਕੇ ਅੰਦੋਲਨ ਜਿੱਤ ਕੇ ਆਵਾਂਗੇ। ਭਰਾਓ, ਤੁਹਾਡੀ ਜਿੱਤ ਆ। ਅੱਜ ਜਿਹੜਾ ਪ੍ਰਧਾਨ ਮੰਤਰੀ ਆਪਣੇ ਮੂੰਹੋਂ ਬੋਲਿਆ ਵਾ ਵੀ ਇਹ ਕਾਨੂੰਨ ਗਲਤ ਬਣਾਏ ਗਏ ਆ, ਅਸੀਂ ਇਹਨਾਂ ਨੂੰ ਵਾਪਸ ਲੈਣੇ ਆ, ਇਹ ਤਾਂ ਹੀ ਵਾਪਸ ਉਹਨਾਂ ਨੇ ਕਿਹਾ ਕਿ ਨਹੀਂ ਤੇ ਅੱਜ ਤੱਕ ਕੋਈ ਵੀ ਮੋਦੀ ਸਰਕਾਰ ਨੇ ਜਿਹੜੇ ਫੈਸਲੇ ਕੀਤੇ ਆ, ਇੱਕ ਵੀ ਫੈਸਲੇ ਤੋਂ ਵਾਪਸ ਨਹੀਂ ਆਇਆ। ਇਹ ਤੁਹਾਡੇ ਅੰਦੋਲਨਕਾਰੀ ਜਿਹੜਾ ਤੁਸੀਂ ਜਨ ਅੰਦੋਲਨ ਬਣਾਇਆ ਉਹਦੇ ਕਰਕੇ ਅੱਜ ਇਹਨੂੰ ਵਾਪਸ ਆਉਣਾ ਪੈ ਗਿਆ। ਮੋਦੀ ਨੂੰ ਆਪਣੇ ਕਾਨੂੰਨ ਬਣਾਏ ਤੋਂ ਕਹਿਣਾ ਪੈ ਗਿਆ ਵੀ ਕਾਨੂੰਨ ਜਿਹੜੇ ਗਲਤ ਬਣ ਗਏ ਮੈਂ ਵਾਪਸ ਲੈਣਾ। ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਅਸੀਂ ਪ੍ਰੋਗਰਾਮ ਲਿਖੇ ਆ 24 ਦੇ ਆ, 25 ਦੇ ਆ, 26 ਦੇ ਆ, ਇਸੇ ਤਰ੍ਹਾਂ ਸਾਰੇ ਵੀਰ ਦਿੱਲੀ ਦੇ ਬਾਰਡਰਾਂ ਤੇ ਆਓ, ਤਗੜੇ ਹੋ ਕੇ ਦਬਾਅ ਬਣਾ ਕੇ ਰੱਖੀਏ, ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਉਹ ਵੀ ਵਾਪਸ ਕਰਾਈਏ, ਤੇ ਇਹ ਨੋਟੀਫਿਕੇਸ਼ਨ ਵੀ ਜਿਹੜਾ 3 ਕਾਨੂੰਨਾਂ ਦੇ ਵਾਪਸ ਕਰਾਈਏ। ਇੰਨੀਆਂ ਬੇਨਤੀਆਂ ਕਰਦਾ ਹੋਇਆ, ਤਿੰਨੇ ਰੱਦ ਕੀਤੇ ਜਾਣਗੇ। ਉਸ ਦੇ ਸੰਬੰਧ ਵਿੱਚ ਸਾਡੇ ਨਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਰਾਜੂ ਜੀ ਹਨ। ਪ੍ਰਧਾਨ ਜੀ, ਜੋ ਅੱਜ ਮੋਦੀ ਵੱਲੋਂ ਫੈਸਲਾ ਕੀਤਾ ਗਿਆ, ਤੁਹਾਡਾ ਕੀ ਵਿਚਾਰ ਉਸ ਸੰਬੰਧੀ? ਦੇਖੋ ਜੀ, ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਾਡੇ ਕਿਸਾਨ ਵੀਰ ਆ, ਜਿੰਨੇ ਵੀ ਸਾਡੇ ਦੁਕਾਨਦਾਰ ਆੜਤੀਆ ਵੀਰ, ਜਿੰਨੇ ਵੀ ਤਿਲ ਫੁੱਲ ਵੀ ਇਹ ਅੰਦੋਲਨ ਵਿੱਚ ਪਾਇਆ, ਸਾਰਿਆਂ ਨੂੰ ਪਹਿਲਾਂ ਤੇ ਬਹੁਤ ਬਹੁਤ ਵਧਾਈ ਆ ਅੱਜ ਗੁਰੂ ਨਾਨਕ ਦੇਵ ਦੇ ਗੁਰਪੁਰਬ ਦੀ, ਤੇ ਨਾਲ ਹੀ ਲੱਗਦੀ ਜਿਹੜੀ ਅੱਜ ਮੋਦੀ ਸਰਕਾਰ ਨੇ ਸਿਰੇ ਸਿਰੇ ਐਲਾਨ ਕੀਤਾ ਵੀ ਇਹ ਤਿੰਨੇ ਕਾਨੂੰਨ ਜਿਹੜੇ ਆ ਵਾਪਸ ਕੀਤੇ ਜਾਣਗੇ, ਤੇ ਇਹਨਾਂ ਨੂੰ ਜਿੰਨਾ ਚਿਰ ਪਾਰਲੀਮੈਂਟ ਵਿੱਚ ਬਿਲਕੁਲ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਵਾਪਸ ਨਹੀਂ ਹੁੰਦੇ, ਉਹਨਾਂ ਚਿਰ ਅੰਦੋਲਨ ਸਾਡਾ ਇੱਦਾਂ ਚੱਲੂਗਾ। ਆਪਣੇ ਸਾਥੀਆਂ ਨੂੰ ਵਧਾਈ ਦਿੰਦੇ ਵੀ ਤੁਹਾਡੀ ਜਿੱਤ ਅੱਗੇ ਅੱਜ ਪੂਰੇ ਲਗਭਗ ਸਵਾ ਸਾਲ ਬਾਅਦ ਮੋਦੀ ਦੇ ਮੂੰਹੋਂ ਜ਼ਬਾਨ ਚੋਂ ਨਿਕਲਿਆ ਤੇ ਮਾਫ਼ੀ ਵੀ ਮੰਗੀ ਆ ਤੇ ਕਿਸਾਨ ਸੜਕਾਂ ਤੇ ਰੋਲਣ ਡਏ ਆ, ਤੇ ਮੈਂ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਚੱਲ ਜਾਓ ਘਰਾਂ ਨੂੰ ਜਾਓ, ਪਰ ਇਹ ਨੋਟੀਫਿਕੇਸ਼ਨ ਜਾਰੀ ਕਰਾ ਕੇ ਆਵਾਂਗੇ। MSP ਤੇ ਅਜੇ ਸਾਡੀ ਮੰਗ ਜਿਹੜੀ ਉਹ ਰਹਿੰਦੀ ਆ, ਉਹ ਸਾਡੀਆਂ ਛੋਟੀ ਛੋਟੀਆਂ ਮੰਗਾਂ ਅੰਦੋਲਨ ਦੇ ਵਿੱਚ ਜਿਹੜੀਆਂ ਸਾਡੀਆਂ 8 ਮੰਗਾਂ ਸੀ, ਉਹ ਅਜੇ ਬਾਕੀ, ਉਹ ਸਾਰੀਆਂ ਨੂੰ ਆਪਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਣੀ ਆ, 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਆ, ਸਾਰਾ ਕੁਝ ਵਾਪਸ ਕਰਾ ਕੇ ਅੰਦੋਲਨ ਜਿੱਤ ਕੇ ਆਵਾਂਗੇ। ਭਰਾਓ, ਤੁਹਾਡੀ ਜਿੱਤ ਆ। ਅੱਜ ਜਿਹੜਾ ਪ੍ਰਧਾਨ ਮੰਤਰੀ ਆਪਣੇ ਮੂੰਹੋਂ ਬੋਲਿਆ ਵਾ ਵੀ ਇਹ ਕਾਨੂੰਨ ਗਲਤ ਬਣਾਏ ਗਏ ਆ, ਅਸੀਂ ਇਹਨਾਂ ਨੂੰ ਵਾਪਸ ਲੈਣੇ ਆ, ਇਹ ਤਾਂ ਹੀ ਵਾਪਸ ਉਹਨਾਂ ਨੇ ਕਿਹਾ ਕਿ ਨਹੀਂ ਤੇ ਅੱਜ ਤੱਕ ਕੋਈ ਵੀ ਮੋਦੀ ਸਰਕਾਰ ਨੇ ਜਿਹੜੇ ਫੈਸਲੇ ਕੀਤੇ ਆ, ਇੱਕ ਵੀ ਫੈਸਲੇ ਤੋਂ ਵਾਪਸ ਨਹੀਂ ਆਇਆ। ਇਹ ਤੁਹਾਡੇ ਅੰਦੋਲਨਕਾਰੀ ਜਿਹੜਾ ਤੁਸੀਂ ਜਨ ਅੰਦੋਲਨ ਬਣਾਇਆ ਉਹਦੇ ਕਰਕੇ ਅੱਜ ਇਹਨੂੰ ਵਾਪਸ ਆਉਣਾ ਪੈ ਗਿਆ। ਮੋਦੀ ਨੂੰ ਆਪਣੇ ਕਾਨੂੰਨ ਬਣਾਏ ਤੋਂ ਕਹਿਣਾ ਪੈ ਗਿਆ ਵੀ ਕਾਨੂੰਨ ਜਿਹੜੇ ਗਲਤ ਬਣ ਗਏ ਮੈਂ ਵਾਪਸ ਲੈਣਾ। ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਅਸੀਂ ਪ੍ਰੋਗਰਾਮ ਲਿਖੇ ਆ 24 ਦੇ ਆ, 25 ਦੇ ਆ, 26 ਦੇ ਆ, ਇਸੇ ਤਰ੍ਹਾਂ ਸਾਰੇ ਵੀਰ ਦਿੱਲੀ ਦੇ ਬਾਰਡਰਾਂ ਤੇ ਆਓ, ਤਗੜੇ ਹੋ ਕੇ ਦਬਾਅ ਬਣਾ ਕੇ ਰੱਖੀਏ, ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਉਹ ਵੀ ਵਾਪਸ ਕਰਾਈਏ, ਤੇ ਇਹ ਨੋਟੀਫਿਕੇਸ਼ਨ ਵੀ ਜਿਹੜਾ 3 ਕਾਨੂੰਨਾਂ ਦੇ ਵਾਪਸ ਕਰਾਈਏ। ਇੰਨੀਆਂ ਬੇਨਤੀਆਂ ਕਰਦਾ ਹੋਇਆ, ਤਿੰਨੇ ਰੱਦ ਕੀਤੇ ਜਾਣਗੇ। ਉਸ ਦੇ ਸੰਬੰਧ ਵਿੱਚ ਸਾਡੇ ਨਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਰਾਜੂ ਜੀ ਹਨ। ਪ੍ਰਧਾਨ ਜੀ, ਜੋ ਅੱਜ ਮੋਦੀ ਵੱਲੋਂ ਫੈਸਲਾ ਕੀਤਾ ਗਿਆ, ਤੁਹਾਡਾ ਕੀ ਵਿਚਾਰ ਉਸ ਸੰਬੰਧੀ? ਦੇਖੋ ਜੀ, ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਾਡੇ ਕਿਸਾਨ ਵੀਰ ਆ, ਜਿੰਨੇ ਵੀ ਸਾਡੇ ਦੁਕਾਨਦਾਰ ਆੜਤੀਆ ਵੀਰ, ਜਿੰਨੇ ਵੀ ਤਿਲ ਫੁੱਲ ਵੀ ਇਹ ਅੰਦੋਲਨ ਵਿੱਚ ਪਾਇਆ, ਸਾਰਿਆਂ ਨੂੰ ਪਹਿਲਾਂ ਤੇ ਬਹੁਤ ਬਹੁਤ ਵਧਾਈ ਆ ਅੱਜ ਗੁਰੂ ਨਾਨਕ ਦੇਵ ਦੇ ਗੁਰਪੁਰਬ ਦੀ, ਤੇ ਨਾਲ ਹੀ ਲੱਗਦੀ ਜਿਹੜੀ ਅੱਜ ਮੋਦੀ ਸਰਕਾਰ ਨੇ ਸਿਰੇ ਸਿਰੇ ਐਲਾਨ ਕੀਤਾ ਵੀ ਇਹ ਤਿੰਨੇ ਕਾਨੂੰਨ ਜਿਹੜੇ ਆ ਵਾਪਸ ਕੀਤੇ ਜਾਣਗੇ।
ਤੇ ਇਹਨਾਂ ਨੂੰ ਜਿੰਨਾ ਚਿਰ ਪਾਰਲੀਮੈਂਟ ਵਿੱਚ ਬਿਲਕੁਲ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅੰਦੋਲਨ ਸਾਡੇ ਇੱਦਾਂ ਚੱਲੂਗਾ ਆਪਣੇ ਸਾਥੀਆਂ ਨੂੰ ਵਧਾਈ ਦੇਣੇ ਵੀ ਤੁਹਾਡੀ ਜਿੱਤ ਅੱਗੇ ਅੱਜ ਪੂਰੇ ਲਗਭਗ ਸਵਾ ਸਾਲ ਬਾਅਦ ਮੋਦੀ ਦੇ ਮੂੰਹੋਂ ਜ਼ਬਾਨ ਚੋਂ ਨਿਕਲਿਆ ਤੇ ਮਾਫੀ ਵੀ ਮੰਗੀ ਆ ਤੇ ਕਿਸਾਨ ਸੜਕਾਂ ਤੇ ਰੋਣ ਡਏ ਆ ਤੇ ਮੈਂ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਚੱਲ ਜਾਓ ਘਰਾਂ ਨੂੰ ਜਾਓ ਪਰ ਇਹ ਨੋਟੀਫਿਕੇਸ਼ਨ ਜਾਰੀ ਕਰਾ ਕੇ ਆਵਾਂਗੇ MSP ਤੇ ਅਜੇ ਸਾਡੀ ਮੰਗ ਜਿਹੜੀ ਉਹ ਰਹਿੰਦੀ ਆ ਕੁਛ ਸਾਡੀਆਂ ਛੋਟੀ ਛੋਟੀਆਂ ਮੰਗਾਂ ਅੰਦੋਲਨ ਦੇ ਵਿੱਚ ਜਿਹੜੀਆਂ ਸਾਡੀਆਂ ਅੱਖ ਮੰਗਾਂ ਸੀ ਉਹ ਅਜੇ ਬਾਕੀ ਉਹ ਸਾਰੀਆਂ ਨੂੰ ਆਪਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਣੀ ਆ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਆ ਸਾਰਾ ਕੁਝ ਵਾਪਸ ਕਰਾ ਕੇ ਅੰਦੋਲਨ ਜਿੱਤ ਕੇ ਆਵਾਂਗੇ ਭਰਾਓ ਤੁਹਾਡੀ ਜਿੱਤ ਆ ਅੱਜ ਜਿਹੜਾ ਪ੍ਰਧਾਨ ਮੰਤਰੀ ਆਪਣੇ ਮੂੰਹੋਂ ਬੋਲਿਆ ਵਾ ਕਿ ਇਹ ਕਾਨੂੰਨ ਗਲਤ ਬਣਾਏ ਗਏ ਆ ਅਸੀਂ ਇਹਨਾਂ ਨੂੰ ਵਾਪਸ ਲੈਣੇ ਆ ਇਹ ਤਾਂ ਹੀ ਵਾਪਸ ਉਹਨਾਂ ਨੇ ਕਿਹਾ ਕਿ ਨਹੀਂ ਤੇ ਅੱਜ ਤੱਕ ਕੋਈ ਵੀ ਮੋਦੀ ਸਰਕਾਰ ਨੇ ਜਿਹੜੇ ਫੈਸਲੇ ਕੀਤੇ ਆ ਇੱਕ ਵੀ ਫੈਸਲੇ ਤੋਂ ਵਾਪਸ ਨਹੀਂ ਆਇਆ ਇਹ ਤੁਹਾਡੇ ਅੰਦੋਲਨਕਾਰੀ ਜਿਹੜਾ ਤੁਸੀਂ ਜਨ ਅੰਦੋਲਨ ਬਣਾਇਆ ਉਹਦੇ ਕਰਕੇ ਅੱਜ ਇਹਨੂੰ ਵਾਪਸ ਆਉਣਾ ਪੈ ਗਿਆ ਮੋਦੀ ਨੂੰ ਆਪਣੇ ਕਾਨੂੰਨ ਬਣਾਏ ਤੋਂ ਕਹਿਣਾ ਪੈ ਗਿਆ ਵੀ ਕਾਨੂੰਨ ਜਿਹੜੇ ਗਲਤ ਬਣ ਗਏ ਮੈਂ ਵਾਪਸ ਲੈਣਾ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਅਸੀਂ ਪ੍ਰੋਗਰਾਮ ਲਿਖੇ ਆ 24 ਦੇ ਆ 25 ਦੇ ਆ 26 ਦੇ ਆ ਇਸੇ ਤਰ੍ਹਾਂ ਸਾਰੇ ਵੀਰ ਦਿੱਲੀ ਦੇ ਬਾਰਡਰਾਂ ਤੇ ਆਓ ਤਗੜੇ ਹੋ ਕੇ ਦਬਾਅ ਬਣਾ ਕੇ ਰੱਖੀਏ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਉਹ ਵੀ ਵਾਪਸ ਕਰਾਈਏ ਤੇ ਇਹ ਨੋਟੀਫਿਕੇਸ਼ਨ ਵੀ ਜਿਹੜਾ 3 ਕਾਨੂੰਨਾਂ ਤੇ ਵਾਪਸ ਕਰਾਈਏ ਇੰਨੀਆਂ ਬੇਨਤੀਆਂ ਕਰਦਾ ਹੋਇਆ ਤਿੰਨੇ ਰੱਦ ਕੀਤੇ ਜਾਣਗੇ ਉਸ ਦੇ ਸੰਬੰਧ ਵਿੱਚ ਸਾਡੇ ਨਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਵਰਿੰਦਰ ਸਿੰਘ ਰਾਜੂ ਜੀ ਹਨ ਪ੍ਰਧਾਨ ਜੀ ਜੋ ਅੱਜ ਮੋਦੀ ਵੱਲੋਂ ਫੈਸਲਾ ਕੀਤਾ ਗਿਆ ਤੁਹਾਡਾ ਕੀ ਵਿਚਾਰ ਉਸ ਸੰਬੰਧੀ ਦੇਖੋ ਜੀ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੇ ਕਿਸਾਨ ਵੀਰ ਆ ਜਿੰਨੇ ਵੀ ਸਾਡੇ ਦੁਕਾਨਦਾਰ ਆੜਤੀਆ ਵੀਰ ਜਿੰਨੇ ਵੀ ਤਿਲ ਫੁੱਲ ਵੀ ਇਹ ਅੰਦੋਲਨ ਵਿੱਚ ਪਾਇਆ ਸਾਰਿਆਂ ਨੂੰ ਪਹਿਲਾਂ ਤੇ ਬਹੁਤ ਬਹੁਤ ਵਧਾਈ ਆ ਅੱਜ ਗੁਰੂ ਨਾਨਕ ਦੇਵ ਦੇ ਗੁਰਪੁਰਬ ਦੀ ਤੇ ਨਾਲ ਹੀ ਲੱਗਦੀ ਜਿਹੜੀ ਅੱਜ ਮੋਦੀ ਸਰਕਾਰ ਨੇ ਸਵੇਰੇ ਸਵੇਰੇ ਐਲਾਨ ਕੀਤਾ ਵੀ ਇਹ ਤਿੰਨੇ ਕਾਨੂੰਨ ਜਿਹੜੇ ਆ ਵਾਪਸ ਕੀਤੇ ਜਾਣਗੇ ਤੇ ਇਹਨਾਂ ਨੂੰ ਜਿੰਨਾ ਚਿਰ ਪਾਰਲੀਮੈਂਟ ਵਿੱਚ ਬਿਲਕੁਲ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅੰਦੋਲਨ ਸਾਡਾ ਇੱਦਾਂ ਚੱਲੂਗਾ ਆਪਣੇ ਸਾਥੀਆਂ ਨੂੰ ਵਧਾਈ ਦੇਣੇ ਵੀ ਤੁਹਾਡੀ ਜਿੱਤ ਅੱਗੇ ਅੱਜ ਪੂਰੇ ਲਗਭਗ ਸਵਾ ਸਾਲ ਬਾਅਦ ਮੋਦੀ ਦੇ ਮੂੰਹੋਂ ਜ਼ਬਾਨ ਚੋਂ ਨਿਕਲਿਆ ਤੇ ਮਾਫੀ ਵੀ ਮੰਗੀ ਆ ਤੇ ਕਿਸਾਨ ਸੜਕਾਂ ਤੇ ਰੋਣ ਡਏ ਆ ਤੇ ਮੈਂ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਚੱਲ ਜਾਓ ਘਰਾਂ ਨੂੰ ਜਾਓ ਪਰ ਇਹ ਨੋਟੀਫਿਕੇਸ਼ਨ ਜਾਰੀ ਕਰਾ ਕੇ ਆਵਾਂਗੇ MSP ਤੇ ਅਜੇ ਸਾਡੀ ਮੰਗ ਜਿਹੜੀ ਉਹ ਰਹਿੰਦੀ ਆ ਕੁਛ ਸਾਡੀਆਂ ਛੋਟੀ ਛੋਟੀਆਂ ਮੰਗਾਂ ਅੰਦੋਲਨ ਦੇ ਵਿੱਚ ਜਿਹੜੀਆਂ ਸਾਡੀਆਂ ਅੱਖ ਮੰਗਾਂ ਸੀ ਉਹ ਅਜੇ ਬਾਕੀ ਉਹ ਸਾਰੀਆਂ ਨੂੰ ਆਪਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਣੀ ਆ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਆ ਸਾਰਾ ਕੁਝ ਵਾਪਸ ਕਰਾ ਕੇ ਅੰਦੋਲਨ ਜਿੱਤ ਕੇ ਆਵਾਂਗੇ ਭਰਾਓ ਤੁਹਾਡੀ ਜਿੱਤ ਆ ਅੱਜ ਜਿਹੜਾ ਪ੍ਰਧਾਨ ਮੰਤਰੀ ਆਪਣੇ ਮੂੰਹੋਂ ਬੋਲਿਆ ਵਾ ਕਿ ਇਹ ਕਾਨੂੰਨ ਗਲਤ ਬਣਾਏ ਗਏ ਆ ਅਸੀਂ ਇਹਨਾਂ ਨੂੰ ਵਾਪਸ ਲੈਣੇ ਆ ਇਹ ਤਾਂ ਹੀ ਵਾਪਸ ਉਹਨਾਂ ਨੇ ਕਿਹਾ ਕਿ ਨਹੀਂ ਤੇ ਅੱਜ ਤੱਕ ਕੋਈ ਵੀ ਮੋਦੀ ਸਰਕਾਰ ਨੇ ਜਿਹੜੇ ਫੈਸਲੇ ਕੀਤੇ ਆ ਇੱਕ ਵੀ ਫੈਸਲੇ ਤੋਂ ਵਾਪਸ ਨਹੀਂ ਆਇਆ ਇਹ ਤੁਹਾਡੇ ਅੰਦੋਲਨਕਾਰੀ ਜਿਹੜਾ ਤੁਸੀਂ ਜਨ ਅੰਦੋਲਨ ਬਣਾਇਆ ਉਹਦੇ ਕਰਕੇ ਅੱਜ ਇਹਨੂੰ ਵਾਪਸ ਆਉਣਾ ਪੈ ਗਿਆ ਮੋਦੀ ਨੂੰ ਆਪਣੇ ਕਾਨੂੰਨ ਬਣਾਏ ਤੋਂ ਕਹਿਣਾ ਪੈ ਗਿਆ ਵੀ ਕਾਨੂੰਨ ਜਿਹੜੇ ਗਲਤ ਬਣ ਗਏ ਮੈਂ ਵਾਪਸ ਲੈਣਾ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਅਸੀਂ ਪ੍ਰੋਗਰਾਮ ਲਿਖੇ ਆ 24 ਦੇ ਆ 25 ਦੇ ਆ 26 ਦੇ ਆ ਇਸੇ ਤਰ੍ਹਾਂ ਸਾਰੇ ਵੀਰ ਦਿੱਲੀ ਦੇ ਬਾਰਡਰਾਂ ਤੇ ਆਓ ਤਗੜੇ ਹੋ ਕੇ ਦਬਾਅ ਬਣਾ ਕੇ ਰੱਖੀਏ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਉਹ ਵੀ ਵਾਪਸ ਕਰਾਈਏ ਤੇ ਇਹ ਨੋਟੀਫਿਕੇਸ਼ਨ ਵੀ ਜਿਹੜਾ 3 ਕਾਨੂੰਨਾਂ ਤੇ ਵਾਪਸ ਕਰਾਈਏ ਇੰਨੀਆਂ ਬੇਨਤੀਆਂ ਕਰਦਾ ਹੋਇਆ ਤਿੰਨੇ ਰੱਦ ਕੀਤੇ ਜਾਣਗੇ ਉਸ ਦੇ ਸੰਬੰਧ ਵਿੱਚ ਸਾਡੇ ਨਾਲ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਵਰਿੰਦਰ ਸਿੰਘ ਰਾਜੂ ਜੀ ਹਨ ਪ੍ਰਧਾਨ ਜੀ ਜੋ ਅੱਜ ਮੋਦੀ ਵੱਲੋਂ ਫੈਸਲਾ ਕੀਤਾ ਗਿਆ ਤੁਹਾਡਾ ਕੀ ਵਿਚਾਰ ਉਸ ਸੰਬੰਧੀ ਦੇਖੋ ਜੀ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੇ ਕਿਸਾਨ ਵੀਰ ਆ ਜਿੰਨੇ ਵੀ ਸਾਡੇ ਦੁਕਾਨਦਾਰ ਆੜਤੀਆ ਵੀਰ ਜਿੰਨੇ ਵੀ ਤਿਲ ਫੁੱਲ ਵੀ ਇਹ ਅੰਦੋਲਨ ਵਿੱਚ ਪਾਇਆ ਸਾਰਿਆਂ ਨੂੰ ਪਹਿਲਾਂ ਤੇ ਬਹੁਤ ਬਹੁਤ ਵਧਾਈ ਆ ਅੱਜ ਗੁਰੂ ਨਾਨਕ ਦੇਵ ਦੇ ਗੁਰਪੁਰਬ ਦੀ ਤੇ ਨਾਲ ਹੀ ਲੱਗਦੀ ਜਿਹੜੀ ਅੱਜ ਮੋਦੀ ਸਰਕਾਰ ਨੇ ਸਵੇਰੇ ਸਵੇਰੇ ਐਲਾਨ ਕੀਤਾ ਵੀ ਇਹ ਤਿੰਨੇ ਕਾਨੂੰਨ ਜਿਹੜੇ ਆ ਵਾਪਸ ਕੀਤੇ ਜਾਣਗੇ ਤੇ ਇਹਨਾਂ ਨੂੰ ਜਿੰਨਾ ਚਿਰ ਪਾਰਲੀਮੈਂਟ ਵਿੱਚ ਬਿਲਕੁਲ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅੰਦੋਲਨ ਸਾਡਾ ਇੱਦਾਂ ਚੱਲੂਗਾ ਆਪਣੇ ਸਾਥੀਆਂ ਨੂੰ ਵਧਾਈ ਦੇਣੇ ਵੀ ਤੁਹਾਡੀ ਜਿੱਤ ਅੱਗੇ ਅੱਜ ਪੂਰੇ ਲਗਭਗ ਸਵਾ ਸਾਲ ਬਾਅਦ ਮੋਦੀ ਦੇ ਮੂੰਹੋਂ ਜ਼ਬਾਨ ਚੋਂ ਨਿਕਲਿਆ ਤੇ ਮਾਫੀ ਵੀ ਮੰਗੀ ਆ ਤੇ ਕਿਸਾਨ ਸੜਕਾਂ ਤੇ ਰੋਣ ਡਏ ਆ ਤੇ ਮੈਂ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਚੱਲ ਜਾਓ ਘਰਾਂ ਨੂੰ ਜਾਓ ਪਰ ਇਹ ਨੋਟੀਫਿਕੇਸ਼ਨ ਜਾਰੀ ਕਰਾ ਕੇ ਆਵਾਂਗੇ MSP ਤੇ ਅਜੇ ਸਾਡੀ ਮੰਗ ਜਿਹੜੀ ਉਹ ਰਹਿੰਦੀ ਆ ਕੁਛ ਸਾਡੀਆਂ ਛੋਟੀ ਛੋਟੀਆਂ ਮੰਗਾਂ ਅੰਦੋਲਨ ਬਣਾਇਆ ਦੇ ਕਰਕੇ ਅੱਜ ਇਹਨੂੰ ਵਾਪਸ ਆਉਣਾ ਪੈ ਗਿਆ ਮੋਦੀ ਨੂੰ ਆਪਣੇ ਕਾਨੂੰਨ ਬਣਾਏ ਤੋਂ
ਕਹਿਣਾ ਪੈ ਗਿਆ ਵੀ ਕਾਨੂੰਨ ਜਿਹੜੇ ਗਲਤ ਬਣ ਗਏ ਮੈਂ ਵਾਪਸ ਲੈਣਾ। ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਅਸੀਂ ਪ੍ਰੋਗਰਾਮ ਲਿਖੇ ਆ 24 ਦੇ ਆ 25 ਦੇ ਆ 26 ਦੇ ਆ, ਇਸੇ ਤਰ੍ਹਾਂ ਸਾਰੇ ਵੀਰ ਦਿੱਲੀ ਦੇ ਬਾਰਡਰਾਂ ਤੇ ਆਓ, ਤਗੜੇ ਹੋ ਕੇ ਦਬਾਅ ਬਣਾ ਕੇ ਰੱਖੀਏ, ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਉਹ ਵੀ ਵਾਪਸ ਕਰਾਈਏ ਤੇ ਇਹ ਨੋਟੀਫਿਕੇਸ਼ਨ ਵੀ ਜਿਹੜਾ 3 ਕਾਨੂੰਨਾਂ ਤੇ ਵਾਪਸ ਕਰਾਈਏ। ਇੰਨੀਆਂ ਬੇਨਤੀਆਂ ਕਰਦਾ ਹੋਇਆ